ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੌਰਾਨ ਹੰਗਾਮਾ ਵੀ ਦੇਖਣ ਨੂੰ ਮਿਲਿਆ। ਹੰਗਾਮਾ ਉਸ ਵੇਲੇ ਹੋਇਆ ਜਦੋਂ ਸ਼੍ਰੋਮਣੀ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਸੰਬੋਧਨ ਕਰਨ ਲੱਗੇ। ਇਹਦੇ ਨਾਲ ਹੀ ਬਲਵਿੰਦਰ ਬੈਂਸ ਨੇ ਵੀ ਜਿਹੜਾ ਹੈ ਉਹ ਬਾਈਕਾਟ ਕਰ ਦਿੱਤਾ ਇਜਲਾਸ ਦਾ। ਕੀ ਰਹੇ ਕਾਰਨ, ਆਓ ਦੇਖਦੇ ਹਾਂ। ਐਸਜੀਪੀਸੀ ਦੇ ਇਜਲਾਸ 'ਚ ਸਰਵਸੰਮਤੀ ਨਾਲ ਪ੍ਰਧਾਨ ਦੀ ਚੋਣ ਤਾਂ ਹੋ ਗਈ, ਪਰ ਇਸ ਦੌਰਾਨ ਹੰਗਾਮਾ ਵੀ ਵੇਖਣ ਨੂੰ ਮਿਲਿਆ। ਇਹ ਹੰਗਾਮਾ ਉਸ ਸਮੇਂ ਹੋਇਆ ਜਦੋਂ ਐਸਜੀਪੀਸੀ ਦੀ ਮੈਂਬਰ ਕਿਰਨਜੋਤ ਕੌਰ ਬੋਲਣ ਲੱਗੀ। ਕਿਰਨਜੋਤ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਬਾਰੇ ਕੁਝ ਬੋਲਣ ਹੀ ਲੱਗੇ ਸੀ ਕਿ ਕੁਝ ਮੈਂਬਰਾਂ ਨੇ ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ। ਕਿਰਨਜੋਤ ਕੌਰ ਨੇ ਦੱਸਿਆ ਕਿ ਉਹ ਕੁਝ ਮੁੱਦੇ ਚੁੱਕਣੇ ਚਾਹੁੰਦੇ ਸੀ ਜੋ ਉਹਨਾਂ ਨੂੰ ਚੁੱਕਣ ਹੀ ਨਹੀਂ ਦਿੱਤੇ ਗਏ। ਕੀ ਕਹਿਣਾ ਚਾਹੁੰਦੇ ਸੀ ਕਿਰਨਜੋਤ ਕੌਰ, ਸੁਣੋ ਉਹਨਾਂ ਦੀ ਜ਼ੁਬਾਨੀ। ਮੈਂ ਇਹ ਪੁਆਇੰਟ ਚੁੱਕਣਾ ਚਾਹੁੰਦੀ ਸੀ ਕਿ ਹੁਣ ਮੈਂ ਕੈਨੇਡਾ ਤੋਂ ਆਈ ਹਾਂ। ਕੈਨੇਡਾ ਦੀ ਏਅਰ ਇੰਡੀਆ ਦੀ ਜਿਹੜੀ ਫਲਾਈਟ ਹੈ ਉਹਦੇ ਵਿੱਚ ਤੁਸੀਂ ਕਿਰਪਾਨ ਪਾ ਕੇ ਇੰਟਰਨੈਸ਼ਨਲੀ ਟਰੈਵਲ ਕਰ ਸਕਦੇ ਹੋ। ਔਰ ਇੱਥੋਂ ਏਅਰ ਇੰਡੀਆ ਤੋਂ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹੋ ਤੁਹਾਨੂੰ ਏਅਰ ਇੰਡੀਆ ਦੀ ਫਲਾਈਟ ਦੇ ਉੱਪਰ ਵੀ ਕਿਰਪਾਨ ਨਹੀਂ ਪਾਉਣ ਦਿੰਦੇ। ਸੋ ਇਹ ਮੁੱਦੇ ਨੂੰ ਸੁਣਿਆ ਹੀ ਨਹੀਂ ਗਿਆ, ਜਿਹੜਾ ਕਿ ਕੌਮ ਦਾ ਮੁੱਦਾ, ਜਿਹੜਾ ਕਿ ਵਿਚਾਰਨ ਵਾਲਾ ਸ਼੍ਰੋਮਣੀ ਕਮੇਟੀ ਦੇ ਕਰਨ ਵਾਲਾ ਮੁੱਦਾ ਹੈ। ਪਰ ਕਿਉਂਕਿ ਮੇਰੇ ਵਿਚਾਰ ਦੇ ਨਾਲ ਅਸਹਿਮਤੀ ਹੋਈ ਤਾਂ ਲਾਲਾ ਵਾਲਾ ਜਿਹੜਾ ਇੱਕ ਕਲਚਰ ਹੈ, ਮੈਂ ਇਹਦੀ ਬਹੁਤ ਨਿੰਦਾ ਕਰਦੀ ਹਾਂ, ਬਹੁਤ ਮਾੜਾ ਕੀਤਾ। ਉਧਰ ਬਲਵਿੰਦਰ ਸਿੰਘ ਬੈਂਸ ਜੋ ਕਿ ਲੁਧਿਆਣਾ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਵੀ ਪ੍ਰਧਾਨ ਦੀ ਚੋਣ ਲਈ ਸੱਦੇ ਇਜਲਾਸ ਦਾ ਬਾਈਕਾਟ ਕੀਤਾ। ਉਹਨਾਂ ਕਿਹਾ ਕਿ ਕਿਸੇ ਵੀ ਗੰਭੀਰ ਮੁੱਦੇ ਤੇ ਬਹਿਸ ਨਹੀਂ ਹੋਣ ਦਿੱਤੀ ਗਈ। ਸਿੱਖਾਂ ਨੂੰ ਆਗਾਹ ਕਰਨਾ ਚਾਹੁੰਦਾ ਆਪਣੀ ਕੌਮ ਨੂੰ ਕਿ ਜਾਗਦੇ ਰਹੋ, ਗਵਾਹ ਬਾਹਰੋਂ ਲਿਆ ਕੇ ਖੜੇ ਕਰਕੇ ਗਵਾਹ ਮੁਕਰਾਏ ਜਾਣਗੇ ਕੇਸ ਚੋਂ ਚਾਚੇ ਭਤੀਜੇ ਦੀ, ਅੰਦਰ ਖਾਤੇ ਨਹੀਂ, ਹੁਣ ਤਾਂ ਜੱਗ ਜਾਹਰ ਹੋ ਗਈ ਗੱਲ, ਸੁਲਾਹ। ਇਸ ਕਰਕੇ ਇਹਦੇ 'ਚ ਇੱਥੇ ਵੀ ਤੁਹਾਨੂੰ ਪਰਛਾਵਾਂ ਨਜ਼ਰ ਆਉਂਦਾ। ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਕੀ ਹੈ ਜੇ ਬਹਿਸ ਕਰਾਉਣ ਨੂੰ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਇਆ, ਅੱਜ ਬਹਿਸ ਕਰਾਉਣ ਨੂੰ ਵੀ ਤਿਆਰ ਨਹੀਂ, ਤਾਂ ਇਹਦਾ ਮਤਲਬ ਸਾਰਾ ਕੁਝ ਤੁਹਾਨੂੰ ਆਪ ਸਮਝ ਲੈਣਾ ਚਾਹੀਦਾ। ਕੌਮ ਸਮਝਦਾਰ, ਮੈਨੂੰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ। ਦਿੱਲੀ ਨੂੰ ਕੋਸਦੇ ਆ ਵੀ ਉਹਨਾਂ ਨੇ ਇਨਸਾਫ ਨਹੀਂ ਦਿੱਤਾ। ਇੱਥੇ ਇੰਨੇ ਕਤਲ ਹੋ ਗਏ, ਇੰਨੇ ਗੋਲੀਆਂ ਨਾਲ ਬੰਦੇ ਪਹੁੰਚੇ, ਉਹਨਾਂ ਦੀਆਂ ਨੁਕਾਰੀਆਂ ਹੁਣ ਤੱਕ ਤੁਰੀਆਂ ਫਿਰਦੀਆਂ। ਕੌਂਕਾ ਜਿਹੜੇ ਆ ਉਹ ਉਹਨਾਂ ਨੂੰ 20 ਸਾਲ ਹੋ ਗਏ, ਜਸਵੰਤ ਸਿੰਘ ਖਾਲੜੇ ਨੂੰ 20 ਸਾਲ ਹੋ ਗਏ, ਉਹਨਾਂ ਦੀ ਤਾਂ ਹਜੇ ਤੱਕ ਕੋਈ ਇਹਨਾਂ ਨੇ ਇਨਕੁਆਇਰੀ ਨਹੀਂ ਕੀਤੀ। ਇਹ ਪੰਜਾਬ ਦੇ ਹੱਥ ਆ ਅਤੇ ਸੈਂਟਰ ਨੂੰ ਕੋਸਦੇ ਆ। ਸੈਂਟਰ ਨੂੰ ਇਹ ਕਹਿੰਦੇ ਆ ਵੀ ਆ ਜਿਹੜਾ ਪੰਜਾਬ ਨੂੰ ਕਹਿੰਦੇ ਆ ਵੀ ਇਹ ਇਤਿਹਾਸ ਜਿਹੜਾ ਗਲਤ ਲਿਖਿਆ। ਸ਼੍ਰੋ 1999 ਵਿੱਚ ਮੈਂ ਵੀ ਮੈਂਬਰ ਸੀ, ਬੀਬੀ ਜਗੀਰ ਕੌਰ ਪ੍ਰਧਾਨ ਸੀ, ਉਹਦੇ ਵੇਲੇ ਇੱਕ ਹਿੰਦੀ 'ਚ ਸਿੱਖ ਇਤਿਹਾਸ ਆਇਆ ਜਿਹੜਾ ਸਾਰਾ ਹੀ ਗਲਤ ਸੀਗਾ, ਜਿਹੜੀ ਕਿਤਾਬ ਇਹਨਾਂ ਨੂੰ ਵਾਪਸ ਲੈਣੀ ਪਈ। ਹੁਣ ਉਹਨਾਂ ਨੂੰ ਕਹਿੰਦੇ ਸਜ਼ਾ ਦਿਓ ਅਤੇ ਇਸ ਵੇਲੇ ਅਸੀਂ ਚਾਹੁੰਦੇ ਹਾਂ ਉਹ ਵੀ ਇਨਕੁਆਇਰੀ ਹੋਵੇ। ਇਜਲਾਸ ਦੌਰਾਨ ਮੁੱਦਿਆਂ ਦੀ ਗੱਲ ਕਰਨ ਤੇ ਮਾਈਕ ਖੋ ਲੈਣਾ ਤੇ ਸਿਰਫ ਆਪਣੇ ਹੀ ਮੈਂਬਰਾਂ ਦੀ ਗੱਲ ਸੁਣਨੀ, ਇਹ ਗੱਲਾਂ ਸ਼੍ਰੋਮਣੀ ਕਮੇਟੀ ਦੇ ਅਸਲ ਵਿਵਹਾਰ ਤੇ ਸਵਾਲ ਚੁੱਕਦੀਆਂ ਨੇ, ਕਿਉਂਕਿ ਇਹ ਸੰਸਥਾ ਸਿੱਖਾਂ ਦੇ ਮਸਲੇ ਵਿਚਾਰਨ ਤੇ ਗੰਭੀਰਤਾ ਨਾਲ ਚੁੱਕਣ ਲਈ ਜਾਣੀ ਜਾਂਦੀ ਸੀ, ਨਾ ਕਿ ਸਿਰਫ ਪ੍ਰਧਾਨਗੀਆਂ ਲਈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜਸ ਟੀਵੀ।